ਸੋ ਹੇ ਗਾਇਜ਼ ਗੁੱਡ ਮਾਰਨਿੰਗ ਵੈਲਕਮ ਟੂ ਮਾਈ ਚੈਨਲ ਕਿਵੇਂ ਸਾਰੇ ਆਈ ਹੋਪ ਆਪ ਸਾਰੇ ਠੀਕ ਹੋਵੋਗੇ ਸੋ ਸਵੇਰ ਦੇ ਵੱਜ ਕੇ 11 ਅੱਜ ਆਪਾਂ ਇਸ ਟਾਈਮ ਖੜੇ ਹਾਂ ਸੰਗਰੂਰ ਬੱਸ ਸਟੈਂਡ ਤੇ ਆਪਾਂ ਜਾਣਾ ਸ੍ਰੀ ਫਤਿਹਗੜ੍ਹ ਸਾਹਿਬ ਛੋਟੇ ਸਾਹਿਬਜ਼ਾਦੇ ਨੇ ਸੀ ਦੀ ਜੁੜ ਮੇਲੇ ਤੇ ਸੋ ਇਸ ਟਾਈਮ ਸੰਗਰੂਰ ਹਾਂ ਸੰਗਰੂਰ ਤੋਂ ਚੱਲਾਂਗੇ ਪਟਿਆਲੇ ਪਟਿਆਲੇ ਤੋਂ ਸਰਹੰਦ ਦੀ ਬੱਸ ਫੜਾਂਗੇ ਅੱਜ ਆਪਣੇ ਨਾਲ ਰਣਜੀਤ ਸਿੰਘ ਤੇ ਲਾਡੀ ਦੋਨੇ ਭਰਾ ਨੇ ਸੋ ਅੱਜ ਪੱਗ ਬੰਨ ਲਈ ਬੰਨਣੀ ਆਉਂਦੀ ਨਹੀਂ ਸੀ ਤਾਂ ਆਪਣੇ ਭਰਾ ਨੇ ਤਿੰਨਾਂ ਦੇ ਪੱਗਾਂ ਬੰਨੀਆਂ ਨੇ ਸੋ ਇਸ ਟਾਈਮ ਚੱਲਦੇ ਹਾਂ ਆਓ ਜੀ ਸੋ ਆਪਾਂ ਸਰਹੰਦ ਪਹੁੰਚ ਗਏ ਬਾਬਾ ਜੀ ਡਿਊਟੀ ਲਾ ਰਹੇ ਨੇ ਬੱਸ ਵੀ ਕਿਵੇਂ ਬਾਬਾ ਜੀ ਇੱਥੋਂ ਫਤਿਹਗੜ੍ਹ ਸਾਹਿਬ ਸੰਗਤ ਜਿਹੜੀ ਉਤਰਦੀ ਆ ਇੱਥੇ ਆ ਫਤਿਹਗੜ੍ਹ ਸਾਹਿਬ ਵਾਸਤੇ ਫ੍ਰੀ ਬੱਸਾਂ ਲੱਗੀਆਂ ਵਾ ਸੰਗਤ ਨੂੰ ਲੈ ਕੇ ਜਾਂਦੇ ਸੰਤ ਨੂੰ ਉੱਧਰ ਦਰਸ਼ਨ ਕਰਾ ਕੇ ਲੈ ਕੇ ਆਉਂਦੇ ਇੱਧਰੋਂ ਲਈ ਜਾਂਦੇ ਉੱਧਰੋਂ ਸਿਰ ਸੰਗਤ ਮੱਥਾ ਟੇਕਦੀ ਉਹਨੂੰ ਲਈ ਆਉਂਦੇ ਆ ਜੀ ਇਹ ਫ੍ਰੀ ਸਿਰ ਸੇਵਾ ਆ ਜਾਓ ਦੋਸਤ ਕੜੀ ਚੋਲ ਕੜੀ ਚੋਲ ਕੜੀ ਚੋਲ फ्री बसा संगत दियां लाइया हुई ने सारिया फ्री बसा जांदियां ने इधरली साइड तो तुरदियां ने तो पुलिस भी अपनी ड्यूटी कर रही है तो तुम देख सकते हो सारी फ्री सेवा चलती है ये भी संगत की एक बहुत बड़ी देन है बस हाँ उतो हो अपनी सेवा निभा रही है तो हरेक जो सरहद आके बस से आते हैं सरहद आके उतरते हैं तो उन्होंने गाइड करते हैं सेवादार भी गाइड करते हैं तो पंजाब पुलिस की भी ड्यूटी लगी हुई भी गाइड करते हैं सो एक बहुत वधिया सेवा तो तुम्हें बाकी बस के लगिया हुई ने सो संगत नू जाने दे विच कोई दिक्कत नहीं आती कोई परेशानी नहीं आती सो आप पहुंच गए श्री फतेहगढ़ साहब बस से भी बहुत वधिया सफर है मतलब फ्री देंगे ने अपना बहुत वधिया है तो संगत वास्ते जिहड़ियां बसा लाइया हुई उन्हों का बहुत ज्यादा फायदा है मतलब बंदे आप तुसी कट देख सकते हो आले दुआले तो बंदा बहुत भी जो गड्डियां मोटरसाइकिल ट्रैक्टर बचाले आ जाते हैं तो उन्होंने करके तुरन वाली संगत नूं थोड़ी दिक्कत पैंदी है इधर गुड़ की चाह ते नण ते कट देख सकते हो तुसी एक तो संगत ज्यादा थोड़ा जिहा लंगरां नूं पहल दिंदी आ ये चीज की थोड़ी जी गलत गल है दर्शन करने चाहिए ने गुरु घर दर्शन करने चाहिए ने सो संगत के दर्शन करने चाहिए ने बंदा सिंह बहादुर सो इतने दस्तारा का बनिया जाने सजाइया जाने दस्तारा दिखाई भी जा लिखा हुआ आओ दस्तारा सजाइए गुरु वाले बनिए यह एक बहुत बड़ी सेवा गी छोटे बच्चों पग बनने का शौक पैदा बनने की सिखलाई भी देंगे ने तो भी बहुत वधिया उपराला करते हैं फतेहगढ़ साहब की धरती ने बी एक पगं बनते ने पगं दें तो पगों का एक लंगर भी कह सकते हैं तो पग बन की सिखलाई भी देंगे ने बाकी बी तो आप सारा कुछ पूछांगे की नाम बी वाहेगुरु जी का खालसा वाहेगुरु जी फतेह मेरा नाम हरकमल सिंह है जी असं पिछले कई साल तो इतने दस्तार सिखलाई कैंप ला रहे हैं ये दस्तार सिखलाई के नाल दस्तार का लंगर भी लाने असी दस्तार भेटा भी करते जेड़े प्रण करते हैं कि अज तो बाद असी दाढ़ी केस नहीं कटाते उन्होंने असी अपने वालों दस्तार भी दें तो उन्होंने दस्तार सिखा भी हैं
ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਸਾਰੇ ਦਸਤਾਰ ਕੋਚੋਰੇ ਪਹੁੰਚੇ ਨੇ ਵੱਖ ਵੱਖ ਸ਼ਹਿਰਾਂ ਪਿੰਡਾਂ ਅਤੇ ਸਟੇਟਾਂ ਤੋਂ ਵੀ ਆਲ ਓਵਰ ਇੰਡੀਆ ਤੋਂ ਸਾਡੇ ਕੋਲ ਜਿਹੜੇ ਦਸਤਾਰ ਕੋਚ ਨੇ ਇੱਥੇ ਪਹੁੰਚੇ ਨੇ ਜਿਹੜੇ ਸੇਵਾ ਕਰਦੇ ਨੇ ਉਰੇ ਆ ਕੇ ਅਤੇ ਇਹਦੇ ਵਿੱਚ ਅਸੀਂ ਬੱਚਿਆਂ ਨੂੰ ਇਕੱਲਾ ਸਿਰਫ ਦਸਤਾਰ ਸਿਖਲਾਈ ਨਹੀਂ ਦਿੰਦੇ ਹੈਗੇ, ਅਸੀਂ ਉਹਦੇ ਨਾਲ ਉਹਨੂੰ ਨੌਲੇਜ ਵੀ ਦਿੰਦੇ ਹਾਂ, ਉਹਨੂੰ ਦੱਸਦੇ ਹਾਂ ਕਿ ਦਸਤਾਰ ਬੰਨਣੀ ਕਿੱਦਾਂ, ਪਲੱਸ ਉਹਦੇ ਨਾਲ ਅਸੀਂ ਇਤਿਹਾਸ ਦੇ ਨਾਲ ਵੀ ਜਾਣੂ ਕਰਾਉਂਦੇ ਹਾਂ, ਸਿਰਫ ਇਕੱਲਾ ਦਸਤਾਰ ਤੱਕ ਸੀਮਤ ਨਹੀਂ ਰੱਖਦੇ ਵੀ ਦਸਤਾਰ ਆਪਾਂ ਨੂੰ ਮਿਲੀ ਕਿੱਦਾਂ। ਹਾਂਜੀ ਹਾਂ, ਦਸਤਾਰ ਕਿੱਦੀ ਮਿਲਾ ਕਦੋਂ ਤੋਂ ਸ਼ੁਰੂ ਹੋਈ ਹੈ, 1100 ਈਸਵੀ ਤੋਂ ਸ਼ੁਰੂ ਹੋਈ ਹੈ ਇਹ ਦਸਤਾਰ ਜਿਹੜੀ ਬੰਨੀ ਸ਼ੁਰੂ ਹੋਈ ਹੈ, ਇਹਨੂੰ ਵੱਖ ਵੱਖ ਧਰਮਾਂ ਅਤੇ ਧਰਮਾਂ ਦੇ ਲੋਕਾਂ ਨੇ ਆਪਣੇ ਸਿਰ ਦੇ ਉੱਤੇ ਸਜਾਇਆ ਅਤੇ ਉਹ ਸਜਾਉਣ ਦੇ ਨਾਲ ਕੀ ਉਹਨਾਂ ਨੇ ਕੀ ਉਹਦੀ ਰਿਸਪੈਕਟ ਨਹੀਂ ਕੀਤੀ, ਸਜਾਉਂਦੇ ਸਾਰੇ ਜੀ ਜਿਵੇਂ ਹੈਟ ਲੈਂਦੇ ਆ ਗੋਰੇ ਜਿਹੜੇ ਹੈਗੇ ਆ ਉਹ ਹੈਟ ਲੈਂਦੇ ਆ, ਉਹਨਾਂ ਲਈ ਉਹ ਦਸਤਾਰ ਆ, ਇੱਕ ਉਹਨਾਂ ਲਈ ਦਸਤਾਰ ਆ ਉਹ ਜੀ, ਗੋਰਿਆਂ ਲਈ ਉਹ ਦਸਤਾਰ ਹੈ, ਰਾਜੇ ਮਹਾਰਾਜੇ ਤਾਜ ਦੇ ਮੁਕਟ ਦੀ ਤਰ੍ਹਾਂ ਆਪਣੇ ਸਿਰ ਉੱਤੇ ਪਹਿਨਦੇ ਸੀਗੇ, ਪਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਸਾਨੂੰ ਇਹ ਦਸਤਾਰ ਸਾਡੇ ਸਰੀਰ ਦਾ ਅੰਗ ਬਣਾ ਕੇ ਦਿੱਤੀ ਹੈ, ਜਿਹਨੂੰ ਅਸੀਂ ਆਪਣੇ ਸਰੀਰ ਦੇ ਉੱਪਰ ਸਜਾਉਂਦੇ ਹਾਂ ਤਾਂ ਅਸੀਂ ਮਾਣ ਮਹਿਸੂਸ ਕਰਦੇ ਹਾਂ, ਅਸੀਂ ਨਾ ਇਹਨੂੰ ਟੋਪੀ ਦੀ ਤਰ੍ਹਾਂ ਤਾਰਦੇ ਹਾਂ ਨਾ ਇਹਨੂੰ ਤਾਜ ਦੀ ਤਰ੍ਹਾਂ ਤਾਰਦੇ ਹਾਂ, ਅਸੀਂ ਪਹਿਨਦੇ ਵੀ ਇਹਨੂੰ ਰੋਜ਼ ਹੈ, ਰੋਜ਼ ਸਜਾਉਂਦੇ ਹਾਂ, ਰੋਜ਼ ਹੀ ਸਾਨੂੰ ਸਜਾ ਕੇ ਰੱਖਦੀ ਹੈ, ਅਤੇ ਗੁਰੂ ਸਾਹਿਬ ਦੀ ਬਹੁਤ ਕਿਰਪਾ ਹੈ, ਬਹੁਤ ਸਾਰੇ ਬੱਚੇ ਜਿਹੜੇ ਸਾਡੇ ਕੋਲ ਪਿਛਲੇ ਕਈ ਸਾਲਾਂ ਤੋਂ ਆਉਂਦੇ ਆ ਜਿਹੜੇ ਪ੍ਰਣ ਕਰਕੇ ਜਾਂਦੇ ਆ ਉਹ ਹੁਣ ਪੂਰੇ ਪੂਰਨ ਤੌਰ 'ਤੇ ਸਿੱਖ ਬਣ ਕੇ ਪੂਰੇ ਅੰਮ੍ਰਿਤਧਾਰੀ ਬਣ ਕੇ ਸਾਡੇ ਕੋਲ ਆਉਂਦੇ ਆ ਵਾਪਸ ਕਿ ਅਸੀਂ ਤੁਹਾਡੇ ਕੋਲ ਇੱਥੇ ਦਸਤਾਰ ਲੈ ਕੇ ਅਸੀਂ ਪ੍ਰਣ ਕਰਕੇ ਗਏ ਸੀਗੇ, ਅਤੇ ਗੁਰੂ ਸਾਹਿਬ ਦੀ ਬਹੁਤ ਕਿਰਪਾ ਹੈ ਜੀ, ਬਹੁਤ ਬੱਚੇ ਸਾਡੇ ਕੋਲ ਵਾਰ ਦੁਬਾਰਾ ਜੁੜਦੇ ਆ। ਇੱਕ ਬਾਬਾ ਜੀ ਹੋਰ ਪੁੱਛਣਾ, ਜਿਵੇਂ ਹੁਣ ਆਪਣੇ ਨੇ ਦਸਤਾਰ ਨੇ, ਦਸਤਾਰ ਸਜਾ ਲੈਂਦੇ ਨੇ, ਅਸੀਂ ਲਾ ਕੇ ਰੱਖ ਦਿੰਦੇ ਨੇ, ਹੀ ਲੈ ਦਿੰਦੇ ਨੇ, ਇਹ ਬਹੁਤ ਗਲਤ ਗੱਲ ਹੈ ਸਹੀ ਗੱਲ ਹੈ? ਦੇਖੋ ਜੀ ਇਹ ਤਾਂ ਤੁਹਾਨੂੰ ਦੱਸਿਆ ਕਿ ਇੱਕ ਟੋਪੀ ਹੋ ਗਈ ਹੈ, ਤਾਂ ਫਿਰ ਹਾਂਜੀ ਤੁਸੀਂ ਟੋਪੀ ਨਾਲ ਕੰਪੈਰੀਜ਼ਨ ਕਰ ਦਿਓ, ਦਸਤਾਰ ਨਾਲ ਕੰਪੈਰੀਜ਼ਨ ਨਹੀਂ ਕਰ ਸਕਦੇ, ਜਿਹੜੀ ਹੈਟ ਹੈ ਉਹ ਤਾਰ ਕੇ ਇੱਦਾਂ ਰੱਖ ਦਿੰਦੇ ਹਾਂ, ਗੋਰਿਆਂ ਵਾਸਤੇ ਉਹ ਸਨਮਾਨ ਵਾਲੀ ਚੀਜ਼ ਸਿਰ ਢੱਕਣਾ, ਮੇਨ ਮਕਸਦ ਤਾਂ ਇਹ ਸੀ ਨਾ ਸਾਡਾ ਸਿਰ ਢੱਕਣਾ, ਉਹ ਵੀ ਤਾਰ ਕੇ ਰੱਖਦੇ ਹਾਂ, ਮੁਕਟ ਸੀਗਾ ਉਹ ਸਿਰ ਦੇ ਉੱਪਰ ਲਾ ਲੈਂਦੇ ਸੀ, ਤਾਰ ਦਿੰਦੇ ਸੀਗੇ, ਅਸੀਂ ਰੋਜ਼ ਕਿਉਂ ਸਜਾਉਂਦੇ ਹਾਂ, ਸਵੇਰੇ ਉੱਠ ਕੇ ਰੋਜ਼ ਸਜਾਉਂਦੇ ਹਾਂ, ਇੱਕ ਵਾਰੀ ਅਸੀਂ ਇਹਨੂੰ ਸਜਾਉਂਦੇ ਹਾਂ ਫਿਰ ਇਹ ਸਾਰਾ ਦਿਨ ਸਾਨੂੰ ਸਜਾ ਕੇ ਰੱਖਦੀ ਹੈ, ਠੀਕ ਹੈ ਜੀ। ਦਸਤਾਰ ਦਾ ਮਤਲਬ ਇਹੀ ਹੈ ਕਿ ਇਹਨੂੰ ਰੋਜ਼ ਬੰਨਣਾ, ਨਾ ਕਿ ਇਹਨੂੰ ਇੱਦਾਂ ਤਾਰਨਾ, ਇਹਨੂੰ 1x1 ਕਰਕੇ ਇਕੱਲਾ ਇਕੱਲਾ ਕਰਕੇ ਜਿਹੜਾ ਲਾੜਾ ਉਹ ਤਾਰਿਆ ਜਾਂਦਾ, ਇਹ ਸਾਡੇ ਸ਼ਹੀਦਾਂ ਦੀ ਸ਼ਹਾਦਤ, ਸ਼ਹੀਦਾਂ ਨੇ ਆਪਣਾ ਲਹੂ ਖੂਨ ਡੋਲ ਕੇ ਸਾਨੂੰ ਇਹ ਦਸਤਾਰ ਦਿੱਤੀ ਹੈ, ਸੋ ਇਸ ਕਰਕੇ ਇਹਦਾ ਸਤਿਕਾਰ ਕਰਨਾ ਸਾਡਾ ਫਰਜ਼ ਬਣਦਾ, ਤਾਂ ਕਿ ਸਾਡੀ ਜਿਹੜੀ ਆਉਣ ਵਾਲੀ ਜਨਰੇਸ਼ਨ, ਸਾਡੇ ਜਿਹੜੇ ਬੱਚੇ ਹੈ ਉਹਨਾਂ ਨੂੰ ਇੱਕ ਚੰਗੀ ਸੇਧ ਮਿਲ ਸਕੇ। ਇਹ ਕਲੱਬ ਨਹੀਂ ਹੈਗਾ ਜੀ, ਫਤਿਹਗੜ੍ਹ ਸਾਹਿਬ ਦੇ ਜਿੰਨੇ ਵੀ ਨੌਜਵਾਨ ਨੇ, ਠੀਕ ਹੈ ਜੀ, ਉਹ ਸਾਰੇ ਰਲ ਕੇ ਉਪਰਾਲਾ ਕਰਦੇ ਨੇ, ਅਤੇ ਜਿਹੜੀ ਮੈਨੇਜਮੈਂਟ ਹੈ ਉਹ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਜਿਹੜਾ ਉਹਨਾਂ ਵੱਲੋਂ ਕੀਤੀ ਜਾਂਦੀ ਜੀ। ਹਾਂਜੀ, ਧੰਨਵਾਦ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਰਸ਼ਨ ਕਰ ਸਕਦੇ ਹੋ, ਜੋਤੀ ਸਰੂਪ ਸਾਹਿਬ ਗੁਰਦੁਆਰਾ ਸਾਹਮਣੇ ਤੇ ਦੇਖ ਸਕਦੇ ਹੋ। ਜਾਣਾ ਹੈ ਤਾਂ ਸ਼੍ਰੀ ਫਤਿਹਗੜ੍ਹ ਸਾਹਿਬ ਆਈ ਹੋਈ ਸੰਗਤ ਦੇ ਦਰਸ਼ਨ ਕਰ ਸਕਦੇ ਹੋ, ਜਾਨਾਂ ਕੁਰਬਾਨ ਕਰ ਦਿੱਤੀਆਂ ਪਰ ਸਿੱਧ ਨਹੀਂ ਡੋਲੇ, ਸਿੱਖ ਪੰਥ ਦੀ ਨੀਂਹ ਨੂੰ ਮਜ਼ਬੂਤ ਕੀਤਾ, ਤਾਂ ਹੀ ਉਹਨਾਂ ਦੀ ਯਾਦ ਵਿੱਚ ਅੱਜ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ 'ਤੇ ਇੰਨਾ ਇਕੱਠ ਦੇਖਣ ਨੂੰ ਮਿਲਦਾ, ਤਾਂ ਅੱਜ ਉਹਨਾਂ ਦੇ ਸ਼ਹੀਦੀ ਦਿਵਸ ਮਨਾਏ ਜਾਂਦੇ ਨੇ। ਵੱਡੀ ਸੇਵਾ ਹੈ, ਗੰਨੇ ਦਾ ਲੰਗਰ ਆਏ ਸਾਲ ਇੱਥੇ ਲਾਇਆ ਜਾਂਦਾ ਹੈ, ਬਰਤਨਾਂ ਦੀ ਸੇਵਾ ਕਰਦੇ ਨੇ, ਤਾਂ ਇੱਧਰ ਵੀ ਖਿਲਾੜੀਆਂ ਚੱਲਦੀਆਂ ਨੇ, ਤੁਸੀਂ ਦੇਖ ਸਕਦੇ ਹੋ ਮੈਸੀ ਟਰੈਕਟਰ ਦੀ ਸਜਾਵਟ ਬਹੁਤ ਸੋਹਣਾ ਮੋਡੀਫਾਈ ਕਰਾਇਆ ਹੋਇਆ, ਮੂਹਰੇ ਵੱਡੇ ਟਾਇਰ ਪਾਏ ਹੋਏ ਨੇ, ਤਾਂ ਫਾਈਬਰ ਦੀ ਛਾਤਰੀ ਲੱਗੀ ਹੋਈ ਆ, ਤਾਂ ਕੇਸਰੀ ਝੰਡਾ, ਅਨੰਦਪੁਰ ਸਾਹਿਬ ਦੀ ਧਰਤੀ ਤੋਂ ਆਏ ਨੇ ਸ਼੍ਰੀ ਫਤਿਹਗੜ੍ਹ ਸਾਹਿਬ ਦਰਸ਼ਨ ਕਰਨ, ਤਾਂ ਤੁਸੀਂ ਸੰਗਤ ਦੇਖ ਸਕਦੇ ਹੋ। ਇਸ ਤਰ੍ਹਾਂ ਤੰਬੂ ਲਾਏ ਹੁੰਦੇ ਨੇ, ਟਰੈਕਟਰ ਟਰਾਲੀਆਂ ਦੇ ਤੰਬੂ ਲਾ ਕੇ ਸੰਗਤ ਰਹਿਸ ਕਰਦੀ ਹੈ, ਤਾਂ ਇਹ ਇੱਕ ਕਲੋਨੀ ਦਾ ਤੁਹਾਨੂੰ ਵਿਊ ਦਿਖਾ ਰਹੇ ਹਾਂ, ਸਾਡੇ ਪਿੰਡ ਦਾ ਮੁੰਡਾ ਟਰਾਲੀ ਹੈ, ਆਹ ਟਰੈਕਟਰ ਹੈ, ਇਹ ਤੰਬੂ ਦੇ ਅੰਦਰਲੇ ਵਿਊ ਹੈ,